ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਮਿਕਸ ਪੰਜਾਬੀ ਚੈਨਲ 'ਤੇ। ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਹਰੇ ਛੋਲੀਏ ਦੀ ਸਬਜ਼ੀ। ਇਹ ਆਪਾਂ ਹਰਾ ਛੋਲੀਆ ਕੱਢ ਕੇ ਰੱਖ ਲਿਆ, ਬਾਜ਼ਾਰ ਦੇ ਵਿੱਚ ਬਹੁਤ ਵਧੀਆ ਤਾਜ਼ਾ ਤਾਜ਼ਾ ਛੋਲੀਆ ਮਿਲ ਜਾਂਦਾ। ਇਹ ਛੋਲੀਆ ਮੈਂ ਕੱਢ ਕੇ ਧੋ ਲਿਆ ਅਤੇ ਇੱਧਰ ਆਲੂ ਕੱਟ ਕੇ ਮੈਂ ਪਾਣੀ 'ਚ ਰੱਖ ਲਿਆ। ਇਹ ਆਪਣੇ ਪਿਆਜ਼, ਲਸਣ ਅਤੇ ਇਹ ਮੈਂ ਟਮਾਟਰ ਦਾ ਪੇਸਟ ਬਣਾ ਲਿਆ। ਅਦਰਕ, ਹਰੀ ਮਿਰਚ, ਇਹਨਾਂ ਨੂੰ ਆਪਾਂ ਕੂੰਡੇ ਦੇ ਵਿੱਚ ਕੁੱਟਾਂਗੇ। ਲਸ, ਅਦਰਕ ਅਤੇ ਹਰੀਆਂ ਮਿਰਚਾਂ ਅਤੇ ਪਿਆਜ਼ ਅਤੇ ਲਸਣ ਇਹ ਆਪਾਂ ਕੁੱਟ ਲੈਂਦੇ ਹਾਂ। ਮਸਾਲਾ ਆਪਣਾ ਕੁੱਟ ਕੇ ਹੋ ਗਿਆ ਤਿਆਰ, ਹੁਣ ਆਪਾਂ ਤੜਕਾ ਲਾਵਾਂਗੇ। ਤੇਲ ਗਰਮ ਹੋ ਗਿਆ ਅਤੇ ਹੁਣ ਆਪਾਂ ਜੀਰਾ ਪਾ ਦਾਂਗੇ। ਇੱਕ ਚਮਚਾ ਮੈਂ ਜੀਰੇ ਦਾ ਪਾਉਂਗੀ ਵਿੱਚ। ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨੂੰ। ਪਿਆਜ਼ ਆਪਣੇ ਭੁੱਜ ਚੁੱਕੇ ਆ ਅਤੇ ਹੁਣ ਆਪਾਂ ਪਾਵਾਂਗੇ ਟਮਾਟਰ ਦਾ ਪੇਸਟ ਬਣਾਇਆ ਸੀ ਇਹਦੇ। ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਦੋ ਢਾਈ ਮਿੰਟ ਬਣਾ ਲੈਣਾ। ਆ ਦੇਖੋ, ਆਪਾਂ ਟਮਾਟਰ ਦਾ ਪੇਸਟ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਰਹੇ ਹਾਂ, ਕਿਉਂਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਅਤੇ ਆਪਣੀ ਸਬਜ਼ੀ ਦਾ ਟੇਸਟ ਉਵੇਂ ਹੀ ਵਧੀਆ ਆਊਗਾ। ਹਲਦੀ ਪਾਵਾਂਗੇ ਅੱਧਾ ਚਮਚਾ, ਇੱਕ ਚਮਚਾ ਮੈਂ ਨਮਕ ਦਾ ਪਾਉਂਗੀ, ਅੱਧਾ ਚਮਚਾ ਮੈਂ ਲਾਲ ਮਿਰਚ ਪਾਉਂਗੀ। ਪਹਿਲਾਂ ਮੈਂ ਹਰੀਆਂ ਮਿਰਚਾਂ ਦੋ ਪਾ ਚੁੱਕੀ ਹਾਂ। ਇੱਕ ਚਮਚਾ ਆਪਾਂ ਗਰਮ ਮਸਾਲੇ ਦਾ ਪਾ ਦਾਂਗੇ। ਦੇਖੋ, ਮਸਾਲਾ ਆਪਣਾ ਭੁੱਜ ਗਿਆ, ਹੁਣ ਆਪਾਂ ਪਾਣੀ ਪਾ ਲਾਂਗੇ ਥੋੜ੍ਹਾ ਜਿਹਾ ਇਹਦੇ 'ਚ। ਪਾਣੀ ਨੂੰ ਪੱਕਣ ਦਿਆਂਗੇ ਮਸਾਲੇ ਨੂੰ। ਉਸ ਤੋਂ ਬਾਅਦ ਜਿਹੜੇ ਆਪਾਂ ਕੱਟੀ ਬੈਠੇ ਆਲੂ ਅਤੇ ਹਰਾ ਛੋਲੀਆ ਕੱਢ ਕੇ ਰੱਖਿਆ ਹੋਇਆ ਉਹ ਪਾਵਾਂਗੇ।
ਦੇਖੋ ਆਪਣੀ ਤਰੀ ਬਣ ਗਈ ਸਬਜ਼ੀ ਦੀ, ਵਧੀਆ ਗ੍ਰੇਵੀ ਬਣ ਗਈ ਹੈ ਨਾ, ਗਾੜੀ ਗਾੜੀ ਤਰੀ ਵਾਲੀ। ਅਤੇ ਆਪਾਂ ਛੋਲੀਆ ਪਾ ਦਾਂਗੇ, ਨਾਲ ਦੇ ਨਾਲ ਹੀ ਆਪਾਂ ਜਿਹੜੇ ਆਲੂ ਕੱਟੇ ਸੀ ਪਾਣੀ 'ਚ ਪਵਾ ਕੇ ਰੱਖੇ ਹੋਏ ਆ, ਇਹ ਵੀ ਪਾ ਦਾਂਗੇ। ਇਹ ਆਪਾਂ ਥੋੜ੍ਹਾ ਜਿਹਾ ਪਾਣੀ ਹੋਰ ਪਾ ਦਿੰਦੇ ਹਾਂ, ਸਬਜ਼ੀ ਨੂੰ ਵਾਲਾ ਆਉਣ ਲੱਗ ਗਿਆ। ਆਪਣੇ ਨੂੰ ਪਾਣੀ ਵੀ ਪਾਤਾ ਥੋੜ੍ਹਾ ਜਿਹਾ, ਅਤੇ ਆਪਾਂ ਉਹਨੇ ਢੱਕ ਕੇ ਰੱਖ ਦਿੰਦੇ ਹਾਂ। ਵਿੱਚ ਦੀ ਆਪਾਂ ਇੱਕ ਵਾਰੀ ਦੋ ਵਾਰੀ ਇਹਨੂੰ ਚੈੱਕ ਕਰ ਲਾਂਗੇ, ਜੇ ਪਾਣੀ ਦੀ ਲੋੜ ਕੋਈ ਪਾਣੀ ਪਾ ਦਾਂਗੇ, ਅਤੇ 5-7 ਮਿੰਟਾਂ 'ਚ ਬਣ ਕੇ ਤਿਆਰ ਹੋ ਜੂਗੀ। ਸਬਜ਼ੀ ਬਣ ਗਈ ਆਪਣੀ, ਮੈਂ ਆਲੂ ਭੁੰਨ ਕੇ ਚੈੱਕ ਕਰ ਲਿਆ ਇੱਕ, ਅਤੇ ਹੁਣ ਆਪਾਂ ਕੜਾਹੀ ਲਾ ਲੈਣੇ ਨੀਚੇ। ਦੇਖੋ ਆਪਣੀ ਛੋਲੀਏ ਦੀ ਸਬਜ਼ੀ, ਹਰੇ ਛੋਲੀਏ ਦੀ ਅਤੇ ਆਲੂਆਂ ਦੀ ਸਬਜ਼ੀ ਬਣ ਕੇ ਤਿਆਰ ਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਧਨੀਆ, ਜਿਹੜਾ ਬਰੀਕ ਕੱਟ ਕੇ ਰੱਖਿਆ, ਧੋ ਕੇ ਰੱਖ ਲਿਆ ਮੈਂ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰਨਾ, ਲਾਈਕ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ। ਸਾਡੀਆਂ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਇਹ ਇੱਥੋਂ